સંગત જી દશમેશ પિતા ગુરુ ગોબિંદ સિંહ સચ્ચે પાતશાહ જી આનંદપુર સાહિબ ਦੀ ਪਾਵਨ ਪਿੱਤਰ ਧਰਤੀ ਤੇ ਆਨੰਦ ਵਰਤਾ ਰਹੇ ਨੇ ਬੇਅੰਤ ਕੌਤਕ ਜੋ ਸਾਡੇ ਸਾਹਮਣੇ ਆਉਂਦੇ ਨੇ ਬਹੁਤ ਸਾਰੇ ਐਸੇ ਵੀ ਹੋਣਗੇ ਜਿਹੜੇ ਕਿ ਲਿਖਾਰੀਆਂ ਦੀ ਕਲਮ ਦਾ ਸ਼ਿੰਗਾਰ ਨਾ ਬਣ ਸਕੇ ਕਈ ਗੱਲਾਂ ਰਹਿ ਜਾਂਦੀਆਂ ਨੇ ਕਿਉਂਕਿ ਉਸ ਸਮੇਂ ਦਾ ਬਹੁਤ ਸਾਰਾ ਖਜ਼ਾਨਾ ਸਾਡਾ ਨਸ਼ਟ ਹੋ ਗਿਆ ਸਰਸਾ ਦੇ ਭੇਟ ਬਹੁਤ ਕੁਛ ਚੜ ਗਿਆ ਸਾਡਾ ਸੋ ਕੁਝ ਵਿਚਾਰਾਂ ਜੋ ਸੀਨਾ ਬਸੀਨਾ ਪ੍ਰਾਪਤ ਹੋਈਆਂ ਇਤਿਹਾਸਕਾਰਾਂ ਨੇ ਉਹਨਾਂ ਨੂੰ ਅੰਕਿਤ ਕੀਤਾ ਸੋ ਉਹਨਾਂ ਦੇ ਵਿੱਚੋਂ ਕੁਝ ਵਿਚਾਰਾਂ ਦੀ ਸਾਂਝ ਸਾਡੇ ਨਾਲ ਗਿਆਨੀ ਜਸਵਿੰਦਰ ਸਿੰਘ ਜੀ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਕਰਦੇ ਪਏ ਨੇ ਸੋ ਗਿਆਨੀ ਜੀ ਮਹਾਰਾਜ ਜੀ ਜੋ ਸਮਝਾ ਰਹੇ ਨੇ ਉਸ ਭਾਈ ਆਨੰਦ ਸਿੰਘ ਨੂੰ ਅਤੇ ਕੀ ਅੱਗੇ ਵਿਚਾਰ ਜੋ ਸ਼ਿਕਾਰੀ ਦੀ ਵਿਚਾਰ ਆਪ ਜੀ ਸਾਡੇ ਨਾਲ ਸਾਂਝੀ ਕਰ ਰਹੇ ਸੀ ਸੋ ਕਲਗੀਧਰ ਮਹਾਰਾਜ ਦੱਸਦੇ ਪਏ ਨੇ ਸੰਗਤਾਂ ਸਰਵਣ ਕਰ ਰਹੀਆਂ ਨੇ ਜੀ ਫੈਸਲਾ ਹੈ ਉਸ ਬੱਚੇ ਪ੍ਰਤੀ ਕਿ ਸਾਡੇ ਆਖੇ ਨਹੀਂ ਲੱਗਦਾ ਮਹਾਰਾਜ ਤੁਸੀਂ ਕਹੋ ਅਤੇ ਸਤਿਗੁਰੂ ਵੀ ਕਿਸੇ ਨੂੰ ਇੱਕਦਮ ਹੀ ਨਹੀਂ ਕਿ ਬਿਨਾਂ ਹੀ ਠੋਸ ਦਿੰਦੇ ਸਨ ਕੋਈ ਗੱਲ ਉਹਨੂੰ ਕਿਸੇ ਤਰੀਕੇ ਨਾਲ ਜੁਗਤ ਨਾਲ ਸਮਝਾਉਂਦੇ ਨੇ ਮਹਾਰਾਜ ਕਹਿਣ ਲੱਗੇ ਜਦੋਂ ਉਹ ਸ਼ਿਕਾਰੀ ਨੂੰ ਕੁਛ ਨਾ ਮਿਲਿਆ ਜਿੱਥੇ ਉਹ ਨਿਰਾਸ਼ਾ ਦੇ ਆਲਮ ਵਿੱਚ ਬੈਠਾ ਹੋਇਆ ਵਾ ਉੱਥੇ ਉੱਪਰ ਦਰਖਤ 'ਤੇ ਆਲਣਾ ਹੈ ਉਸ ਆਲਣੇ ਦੇ ਵਿੱਚ ਕਬੂਤਰ ਅਤੇ ਕਬੂਤਰੀ ਉਹ ਜੁੜਾ ਰਹਿ ਰਿਹਾ ਪੰਛੀਆਂ ਦਾ ਉਹਨਾਂ ਦੇ ਮਨਾਂ ਵਿੱਚ ਆਉਣ ਲੱਗਾ ਕਿ ਸਾਡੇ ਇਹ ਮਹਿਮਾਨ ਆਇਆ ਹੈ ਅਤੇ ਸਾਡਾ ਧਰਮ ਆ ਇਸ ਨੂੰ ਕੁਝ ਛਕਾਉਣਾ ਤੇ ਕਹਿਣ ਲੱਗੇ ਇਹਦੀ ਕਿਵੇਂ ਸੇਵਾ ਕੀਤੀ ਜਾਵੇ ਪਹਿਲਾਂ ਤੇ ਠਰਦਾ ਪਿਆ ਵਾ ਤੇ ਇਸ ਨੂੰ ਅੱਗ ਜਿਹੜੀ ਹੈ ਨਾ ਉਹ ਲਿਆ ਕੇ ਦਿੱਤੀ ਜਾਵੇ ਕਬੂਤਰ ਗਿਆ ਹੈ ਨੇੜਿਓਂ ਕਿਤੇ ਜਿੱਥੇ ਅੱਗ ਬਲਦੀ ਪਈ ਸੀ ਹਟਵੀਂ ਉੱਥੋਂ ਅੱਗ ਦੀ ਟਾਹਣੀ ਚੁੱਕ ਕੇ ਲੈ ਕੇ ਆਇਆ ਤੇ ਕਬੂਤਰੀ ਨੇ ਆਪਣਾ ਆਲਣਾ ਜਿਹੜਾ ਨਾ ਉਹ ਥੱਲੇ ਸੁੱਟ ਦਿੱਤਾ ਕੁਝ ਅੱਗ ਜਿਹੜੀ ਆ ਉਸ ਸੁੱਕੀਆਂ ਹੋਈਆਂ ਟਾਹਣੀਆਂ ਜਿਹੜੀਆਂ ਸੀ ਉਸ ਦੇ ਆਲਣੇ ਦੀਆਂ ਉਹਦੇ ਨਾਲ ਲੱਗ ਕੇ ਬਲਣੀ ਸ਼ੁਰੂ ਹੋ ਗਈ ਕਿਉਂਕਿ ਭਾਵੇਂ ਉਹ ਬਲਣ ਦਾ ਯਤਨ ਕਰਦਾ ਸੀ ਪਰ ਮੀਂਹ ਕਰਕੇ ਠੰਡ ਕਰਕੇ ਅੱਗ ਬਲਦੀ ਨਹੀਂ ਸੀ ਜਿੱਥੇ ਅੱਗ ਬਲ ਕੇ ਅੱਗ ਸੇਕਣ ਲੱਗ ਪਿਆ ਤੇ ਬੜਾ ਪ੍ਰਸੰਨ ਹੋਇਆ ਕਿ ਇਹ ਕੁਦਰਤੀ ਤੌਰ ਤੇ ਹੋਈ ਹੈ ਗੱਲ ਜਦੋਂ ਉਹ ਅੱਗ ਸੇਕਦਾ ਪਿਆ ਤੇ ਫਿਰ ਨਾਲ ਇਹ ਵੀ ਆਉਂਦਾ ਕਿ ਜਿੱਥੇ ਠੰਡ ਲੱਥੀ ਆ ਕੋਈ ਭੋਜਨ ਵੀ ਹੁੰਦਾ ਹੁਣ ਉਹ ਦੋਨੋਂ ਵਿਚਾਰ ਕਰਦੇ ਨੇ ਕਹਿੰਦੇ ਨੇ ਕਿ ਆਪਾਂ ਇਹਨਾਂ ਦਾ ਭੋਜਨ ਬਣ ਜਾਈਏ ਸ਼ਿਕਾਰੀ ਆ ਸ਼ਿਕਾਰੀ ਨੇ ਉਹਨੂੰ ਨਹੀਂ ਮਿਲਿਆ ਮਾਸ ਲੇਕਿਨ ਅਸੀਂ ਖੁਦ ਇਹਦਾ ਬਣ ਜਾਈਏ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਲਾਹ ਇੱਕ ਦੂਜੇ ਤੋਂ ਵਾਰਨੇ ਜਾਂਦੇ ਨੇ ਕਹਿੰਦੇ ਮੈਂ ਜਾਣਾ ਤੂੰ ਬੱਚਿਆਂ ਦਾ ਖਿਆਲ ਰੱਖੀ ਕਬੂਤਰੀ ਕਹਿੰਦੀ ਕਿ ਨਹੀਂ ਮੇਰੇ ਤੁਹਾਡੇ ਬਿਨਾਂ ਬੱਚੇ ਕਿਵੇਂ ਪਾਲਣੇ ਆ ਮੈਂ ਜਾਂਦੀ ਹਾਂ ਹੈਂ ਲੇਕਿਨ ਇਹ ਗੱਲ ਕਹਿੰਦਿਆਂ ਹੋਇਆ ਕਬੂਤਰ ਉੱਤੋਂ ਘਾਂਟਣੀ ਖਾ ਕੇ ਡਿੱਗਾ ਜਿਵੇਂ ਕਿਸੇ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉਸ ਅੱਗ ਦੇ ਵਿੱਚ ਉਹ ਜਲਣਾ ਸ਼ੁਰੂ ਹੋ ਗਿਆ ਬੜੇ ਉਹਨੇ ਸਵਾਦ ਨਾਲ ਉਸ ਕਬੂਤਰ ਨੂੰ ਭੁੰਨ ਕੇ ਉਹਦਾ ਮਾਸ ਖਾਧਾ ਫਿਰ ਸੋਚਦੀ ਆ ਕਬੂਤਰੀ ਕਿ ਇੱਕ ਇੰਨੇ ਕੇ ਨਾਲ ਇਹ ਆਦਮੀ ਆ ਇਹਦਾ ਪੇਟ ਨਹੀਂ ਭਰਿਆ ਹੋਏਗਾ ਅਸੀਂ ਛੋਟੇ ਜਿਹੇ ਜੀਵ ਹਾਂ ਕਬੂਤਰੀ ਨੇ ਵੀ ਨਾਲ ਹੀ ਵਿੱਚ ਅੱਗ ਦੇ ਆਪਣਾ ਆਪ ਅਰਪਣ ਕਰਤਾ ਦੋਨੋਂ ਸੜ ਗਏ ਤੇ ਇਸ ਨੇ ਉਹਨਾਂ ਨੂੰ ਖਾਧਾ ਸ਼ਿਕਾਰੀ ਨੇ ਤੇ ਬੜਾ ਖੁਸ਼ ਹੈ ਕਿ ਪਰਮਾਤਮਾ ਨੇ ਮੇਰੇ ਵਾਸਤੇ ਕੁਦਰਤੀ ਭੋਜਨ ਬਣਾ ਦਿੱਤਾ ਵਾ ਇਸ ਕੌਤਕ ਨੂੰ ਇੱਕ ਸਾਧੂ ਮਹਾਤਮਾ ਜਿਹੜਾ ਬੰਦਗੀ ਕਰ ਰਿਹਾ ਸੀ ਉਹ ਆਪਣੇ ਅਨੁਭਵ ਰਾਹੀਂ ਸਾਰਾ ਕੁਝ ਦੇਖ ਰਿਹਾ ਸੀ
ਕਿਸ ਨੂੰ ਪਤਾ ਲੱਗਣਾ ਸੀ ਕਿ ਕਬੂਤਰ ਬੋਲਿਆ, ਕਿਸ ਨੂੰ ਪਤਾ ਲੱਗਣਾ ਸੀ ਕਿ ਕਬੂਤਰ ਹੀ ਬੋਲੀ। ਇਹ ਤੇ ਉਸ ਨੂੰ ਜਿਹੜਾ ਉਸ ਅਵਸਥਾ ਨਾਮ ਜਪ ਰਿਹਾ ਸੀ ਤੇ ਜਿਹਦੇ ਨਾਮ ਦੇ ਸਦਕਾ ਖੰਡ ਬ੍ਰਹਿਮੰਡ ਜੀ ਜੰਤ ਸਭ ਕੁਝ ਉਹਦੇ ਹੁਕਮ ਵਿੱਚ ਆ। ਬਿਲਕੁਲ, ਉਹ ਮਹਾਤਮਾ ਲੋਕ ਉੱਠ ਕੇ ਤੇ ਉਸ ਸ਼ਿਕਾਰੀ ਦੇ ਕੋਲ ਆਇਆ ਤੇ ਉਸ ਨੂੰ ਇਹ ਕਹਿਣ ਲੱਗਾ ਕਿ ਲਾਣਤ ਹੈ ਤੇਰੇ ਮਨੁੱਖਾ ਜਨਮ ਤੇ, ਤੇਰੇ ਨਾਲੋਂ ਤੇ ਆ ਪੰਛੀ ਚੰਗੇ ਨੇ ਜਿਨ੍ਹਾਂ ਨੇ ਆਪਣਾ ਗ੍ਰਸਤੀ ਧਰਮ ਨਿਭਾਉਂਦਿਆਂ ਹੋਇਆ ਆਪਣਾ ਉਹਨਾਂ ਨੇ ਭੋਜਨ ਬਣਾ ਲਿਆ ਸਰੀਰ ਦਾ ਤੈਨੂੰ ਖਵਾਉਣ ਵਾਸਤੇ, ਤੇ ਤੂੰ ਇਹ ਮਨੁੱਖਾ ਜਨਮ ਲੈ ਕੇ ਇਹਨਾਂ ਜੀਵਾਂ ਨੂੰ ਮਾਰਦਾ ਫਿਰਦਾ। ਤੈਨੂੰ ਇਹ ਮਨੁੱਖਾ ਜਨਮ ਮਿਲਿਆ ਸੀ ਪਰਮਾਤਮਾ ਦਾ ਨਾਮ ਜਪਣ ਵਾਸਤੇ, ਭਈ ਪ੍ਰਾਪਤ ਮਨੁੱਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੇ ਤੂੰ ਕੇਵਲ ਆਪਣੇ ਜਬਾਨ ਦੇ ਚਸਕੇ ਵਾਸਤੇ ਤੇ ਕਹਿ ਰਿਹਾ ਕਿ ਮੈਂ ਮਨੁੱਖ ਆ, ਕਰਤੂਤ ਪਸ਼ੂ ਕੀ ਮਾਨਸ ਜਾ, ਤੇਰੇ ਨਾਲੋਂ ਤੇ ਇਹ ਚੰਗੇ ਨੇ ਪੰਛੀ ਜਿਨ੍ਹਾਂ ਨੇ ਆਪਣਾ ਧਰਮ ਨਿਭਾਇਆ ਵਾ, ਤੇ ਤੂੰ ਕੀ ਧਰਮ ਨਿਭਾ ਰਿਹਾ। ਕਹਿੰਦੇ ਉਸ ਮਹਾਤਮਾ ਦੇ ਬੋਲ ਸਨ ਪੂਰਿਆਂ ਦੇ ਕਹੇ ਹੋਏ, ਉਹ ਸਾਧੂ ਦੇ ਚਰਨੀ ਲੱਗ ਪਿਆ ਸ਼ਿਕਾਰੀ, ਤੇ ਉਸ ਨੇ ਵੀ ਆਪਣਾ ਸ਼ਿਕਾਰੀ ਵਾਲਾ ਜੀਵਨ ਛੱਡ ਕੇ ਤੇ ਇੱਕ ਐਸਾ ਪਰਪਕਾਰੀ ਵਾਲਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ, ਉਹਨੂੰ ਵੀ ਉਹ ਧਰਮਾਤਮਾ ਬਣਾ ਕੇ। ਮਹਾਰਾਜ ਕਹਿਣ ਲੱਗੇ ਜੇ ਗ੍ਰਸਤੀ ਬਣਨਾ ਤੇ ਫਿਰ ਗ੍ਰਸਤੀ ਇਹੋ ਜਿਹਾ ਹੋਵੇ ਜਿਸ ਦੇ ਘਰ ਵਿੱਚੋਂ ਕੋਈ ਖਾਲੀ ਨਾ ਜਾਵੇ, ਭੋਜਨ ਛਕਾਵੇ, ਉਹਦਾ ਉਹ ਧਰਮ ਆ। ਜੈ ਗ੍ਰਹਿ ਕਰ ਤਾਂ ਧਰਮ ਕਰ। ਮਹਾਰਾਜ ਕਹਿੰਦੇ ਨੇ ਕਿ ਰਾਜਾ ਨਿਉ ਚੁਲੀ ਕਾ ਗ੍ਰਹਿ ਕਾ ਸਤਦਾਨ, ਰਾਜੇ ਦਾ ਕੰਮ ਆ ਨਿਆਂ ਕਰੇ ਤੇ ਗ੍ਰਸਤੀ ਦਾ ਕੰਮ ਆ ਗ੍ਰਹਿ ਕਾ ਸਤਦਾਨ, ਉਹ ਪੁੰਨ ਦਾਨ ਕਰਕੇ ਭਲਾ ਮਨਾਉਂਦਾ। ਫਿਰ ਕਹਿੰਦੇ ਏਦਾਂ ਦਾ ਜੀਵਨ ਹੋਵੇ, ਜੇ ਤੂੰ ਗ੍ਰਸਤੀ ਜੀਵਨ ਆ ਫਿਰ ਏਦਾਂ ਦਾ ਹੋਵੇ, ਉਹਦੇ ਸਦਕਾ ਫਿਰ ਹੋਰਾਂ ਦਾ ਵੀ ਭਲਾ ਹੁੰਦਾ। ਜਦੋਂ ਇਹ ਦੋਨੋਂ ਵਾਰਤਾ ਮਹਾਰਾਜ ਨੇ ਸੁਣਵਾਈਆਂ ਤੇ ਉਸ ਵੇਲੇ ਸੰਗਤਾਂ ਜਿੱਥੇ ਵਾਹ ਵਾਹ ਕਰ ਉੱਠੀਆਂ, ਉੱਥੇ ਫਿਰ ਇਸਨੇ ਵੀ ਇਹ ਫੈਸਲਾ ਕੀਤਾ ਕਿ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਗ੍ਰਸਤੀ ਜੀਵਨ ਅਪਣਾ ਲਵਾਂ, ਮੇਰੇ ਮਾਤਾ ਜੀ ਦੀ ਜਿਹੜੀ ਆ ਉਹਦੀ ਵੀ ਖਾਹਿਸ਼ ਪੂਰੀ ਹੋਵੇ ਜਿਹਨੇ ਮੈਨੂੰ ਪਾਲ ਪੋਸ਼ ਕੇ ਵੱਡਾ ਕੀਤਾ ਵਾ, ਤੇ ਮੈਂ ਇਹ ਧਰਮ ਨਿਭਾ ਸਕਾਂ। ਸੋ ਸਗਲ ਧਰਮ ਮੈਂ ਗ੍ਰਸਤ ਧਰਮ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹਦਾ ਫੈਸਲਾ ਕਲਗੀਧਰ ਪਾਤਸ਼ਾਹ ਜੀ ਨੇ ਇਹ ਦੋ ਵਾਰਤਾ ਸੁਣਾ ਕੇ ਕੀਤਾ, ਤੇ ਇਹ ਫਿਰ ਉਹਦੇ ਮਾਤਾ ਬੜੇ ਚਾਈ ਚਾਈ ਖੁਸ਼ੀ ਖੁਸ਼ੀ ਗਏ ਤੇ ਕਾਕਾ ਆਨੰਦ ਸਿੰਘ ਨੇ ਫਿਰ ਗ੍ਰਸਤੀ ਜੀਵਨ ਵਿੱਚ ਪ੍ਰਵੇਸ਼ ਕਰਕੇ ਤੇ ਹੱਥੋਂ ਦੇਖ ਕੇ ਭਲਾ ਮਨਾਉਣ ਵਾਲੀ ਕਿਰਤ ਕਾਰ ਕਰਦਿਆਂ ਦਸਵੰਧ ਕੱਢਦਿਆਂ ਜੀਵਨ ਨੂੰ ਸਫਲਾ ਕੀਤਾ ਜੀ। ਗੁਰੂ ਸਾਹਿਬਾਂ ਦੇ ਗਿਆਨ ਨੂੰ ਮੰਨਦੇ ਹੋਏ ਗੁਰੂ ਕੇ ਸਿੱਖ ਗ੍ਰਸਤ ਮਾਰਗ ਦੇ ਧਾਰਨੀ ਹੈ। ਵੈਸੇ ਗੁਰਬਾਣੀ ਦੇ ਵਿੱਚ ਦੇਖਿਆ ਜਾਏ ਤਾਂ ਸਾਰੇ ਮਾਰਗਾਂ ਦੇ ਪ੍ਰਥਾਈ ਗਿਆਨ ਸਾਨੂੰ ਬਖਸ਼ਿਸ਼ ਕੀਤਾ ਜਾਂਦਾ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪ੍ਰਭਾਤੀ ਰਾਗ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਸ 'ਤੇ ਹੋਆ ਸੋਈ ਕਰਵਾਉਂਦੇ ਹਾਂ, ਨਾਨਕ ਗਿਰਹੀ ਉਦਾਸੀ ਸੋ ਪ੍ਰਵਾਨ। ਮਸਲਾ ਪ੍ਰਵਾਨ ਹੋਣ ਦਾ, ਜੇ ਕੋਈ ਉਦਾਸੀ ਮਾਰਗ 'ਤੇ ਚੱਲ ਕੇ ਪਹੁੰਚ ਸਕਦਾ ਤਾਂ ਉਹ ਵੀ ਪ੍ਰਵਾਨ ਹੈ, ਜੇ ਕੋਈ ਗ੍ਰਸਤੀ 'ਤੇ ਚੱਲ ਕੇ ਪਹੁੰਚ ਸਕਦਾ ਤਾਂ ਉਹਦਾ ਆਪਣੇ ਆਪਣੇ ਨਿਯਮ ਬਣ ਜਾਂਦੇ ਨੇ। ਹਰ ਆਸ਼ਰਮ ਦਾ ਆਪਣਾ ਆਪਣਾ ਨਿਯਮ ਹੈ, ਉਸ ਦੇ ਹਿਸਾਬ ਦੇ ਨਾਲ ਗੁਰੂ ਸਾਹਿਬ ਦਾ ਉਹ ਗਿਆਨ, ਉਹ ਵੀ ਅਸੀਂ ਖੈਰ ਕਿਤੇ ਫਿਰ ਵਿਚਾਰਾਂਗੇ ਪ੍ਰਭਾਤੀ ਰਾਗ ਦਾ ਸ਼ਬਦ ਗੁਰੂ ਨਾਨਕ ਸਾਹਿਬ ਜੀਆਂ ਦਾ। ਸੋ ਅੱਗੋਂ ਆਪਾਂ ਜੋ ਗਿਆਨ ਲੈਂਦੇ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਕੀ ਚੋਜ ਵਰਤਾ ਰਹੇ ਨੇ ਜੀ। ਸੋ ਸਾਧ ਸੰਗਤ ਜੀ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਇੱਦਾਂ ਦੇ ਸ਼ੰਕੇ ਗੁਰਸਿੱਖਾਂ ਦੇ ਨਿਵਿਰਤ ਕਰਦੇ, ਉੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰ 'ਤੇ ਬੜੀਆਂ ਬੜੀਆਂ ਰਹਿਮਤਾਂ ਵਾਲੇ ਗੁਰੂ ਦੇ ਦਰ ਦੇ ਉੱਤੇ ਬਖਸ਼ਾਂ ਲੈਣ ਵਾਸਤੇ ਆਉਂਦੇ ਸਨ ਜੀ। ਗ੍ਰਸਤੀ ਵਾਲਿਆਂ ਨੂੰ ਗ੍ਰਸਤੀ ਮਾਰਗ ਵਾਲੇ ਪਾਸੇ ਮਹਾਰਾਜ ਜੀ ਨੇ ਜਿੱਥੇ ਲਾਇਆ, ਉੱਥੇ ਐਸੇ ਵੀ ਸਨ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਦਰ ਦੇ ਉੱਤੋਂ ਅਧਿਆਤਮਕ ਗਿਆਨ ਦੀ ਰਹਿਮਤ ਲੈਣ ਆਏ ਜੀ ਜੀ, ਜਿਨ੍ਹਾਂ ਵਿੱਚ ਭਾਈ ਘਨੱਈਆ ਜੀ ਦਾ ਜ਼ਿਕਰ ਆਉਂਦਾ। ਅਨੰਦਪੁਰ ਸਾਹਿਬ ਦੀ ਧਰਤੀ ਦੇ ਸ਼ਿੰਗਾਰ ਭਾਈ ਘਨੱਈਆ ਜੀ, ਜਿਨ੍ਹਾਂ ਦਾ ਬਚਪਨ ਤੋਂ ਹੀ ਸੋਦਰਾ ਜੋ ਪਾਕਿਸਤਾਨ ਦੇ ਵਿੱਚ ਆ,
ਉਸ ਇਲਾਕੇ ਵਿੱਚ ਜਦੋਂ ਉਹਨਾਂ ਦਾ ਜਨਮ ਹੋਇਆ, ਭਾਈ ਨੱਥੂ ਰਾਮ ਦੇ ਘਰ, ਮਾਤਾ ਦਾ ਨਾਂ ਸੁੰਦਰੀ ਕਰਕੇ ਆਇਆ ਜੀ, ਅਤੇ ਨੱਥੂ ਰਾਮ ਕਰਕੇ ਇਹਨਾਂ ਦੇ ਪਿਤਾ ਦਾ ਨਾਂ ਆਇਆ। ਬੜਾ ਅਮੀਰ ਘਰ ਸੀ, ਵਾਹਿਗੁਰੂ, ਉਸ ਵੇਲੇ ਬੜਾ ਅਮੀਰ ਘਰਾਣੇ ਨਾਲ ਸੰਬੰਧ ਸੀ, ਅਤੇ ਮੁਨਸ਼ੀਆਂ ਦਾ ਸਰਦਾਰ ਜਿਹੜਾ ਸੀ ਉਹ ਸੋਦਰੇ ਵਿਖੇ ਭਾਈ ਨੱਥੂ ਰਾਮ ਨੂੰ ਸਰਕਾਰੀ ਕਰਮਚਾਰੀ ਵੱਲੋਂ ਜੀ, ਗੁਜਰਾਤ ਜ਼ਿਲ੍ਹੇ ਦੇ ਵਿੱਚ ਨਗਰ, ਹਾਂਜੀ ਹੁਣ ਪਾਕਿਸਤਾਨ ਦੇ ਵਿੱਚ ਰਹਿ ਗਿਆ, ਸਹੋਦਰਾ ਨਗਰ ਜੀ, ਸਹੋਦਰਾ ਨਗਰ ਵਿਖੇ ਭਾਈ ਕਨ੍ਹਈਆ ਜੀ ਦਾ 1648 ਵਿੱਚ ਜੀ ਜੀ ਜਨਮ ਹੁੰਦਾ ਹੈ, ਜਿੱਥੇ ਇਹਨਾਂ ਨੂੰ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੰਗ ਦਲੀ ਨਹੀਂ ਸੀ, ਮਹਾਰਾਜ ਦੀਆਂ ਸਾਰੀਆਂ ਰਹਿਮਤਾਂ ਸੀ ਪਰਿਵਾਰ ਵਿੱਚ। ਬਚਪਨ ਵਿੱਚ ਹੀ ਇਹਨਾਂ ਨੂੰ ਕਿਸੇ ਜੋਤਸ਼ੀ ਨੇ ਦੱਸਿਆ ਸੀ ਕਿ ਇਹ ਭਗਤੀ ਹੈ ਇਹਦੇ ਕਰਮਾਂ 'ਚ, ਭਗਤੀ ਬੰਦਗੀ ਹੈ ਇਹਦੇ ਕਰਮਾਂ ਵਿੱਚ। ਪੁੱਛਦੇ ਸੀ ਨਾ ਕਿ ਜਿਵੇਂ ਇਹਦਾ ਪਿਤਾ ਮੁਨਸ਼ੀ ਹੈ ਅਤੇ ਇਹ ਕਿਹੜੇ ਅੱਗੇ ਅਹੁਦੇ 'ਤੇ ਲੱਗੇਗਾ, ਅਤੇ ਕਹਿੰਦੇ ਇਹਦੇ ਕਰਮਾਂ ਵਿੱਚ ਭਗਤੀ ਲਿਖੀ ਹੈ। ਸੋ ਜਿੱਥੇ ਸਮੇਂ ਨਾਲ ਵਿਰਾਗਮਈ ਅਵਸਥਾ, ਵਿਰਾਗ ਦਾ ਪਿਆਰ, ਜਦੋਂ ਭਾਈ ਨਨੂਆ ਜੀ ਹੋਏ ਨੇ, ਭਾਈ ਨਨੂਆ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿੱਖ ਸਨ, ਅਤੇ ਉਹਨਾਂ ਕੋਲੋਂ ਬਚਨ ਸੁਣ ਕੇ ਗੁਰੂ ਘਰ ਦੇ ਅਤੇ ਮਨ ਵਿੱਚ ਹੋਰ ਚਾਓ ਪੈਦਾ ਹੋਇਆ ਜੀ ਜੀ, ਅਤੇ ਜਿਸ ਵੇਲੇ ਕੁਝ ਸਮਾਂ ਦਰਸ਼ਨ ਕਰਨ ਦਾ ਮੌਕਾ ਮਿਲਿਆ ਗੁਰੂ ਘਰ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ 1674 ਈਸਵੀ ਵਿੱਚ ਹੋਏ ਨੇ ਜੀ। ਜਦੋਂ ਇੱਥੇ ਦਰਸ਼ਨ ਦਿਦਾਰੇ ਹੁੰਦੇ ਹਨ ਅਤੇ ਕੁਝ ਸਮੇਂ ਬਾਅਦ ਫਿਰ ਇਹਨਾਂ ਦਾ ਪਿਤਾ ਜੀ ਚੜ੍ਹਾਈ ਕਰ ਗਏ ਭਾਈ ਨੱਥੂ ਰਾਮ ਜੀ, ਅਤੇ ਵਾਪਸ ਫਿਰ ਆਪਣੇ ਸਹੋਦਰਾ ਵਿਖੇ ਆ ਗਏ। ਸਹੋਦਰਾ ਵਿਖੇ ਜਦੋਂ ਆਏ ਨੇ ਅਤੇ ਇੱਥੇ ਇਹਨਾਂ ਦੇ ਪਰਿਵਾਰ ਨੇ ਆਖਿਆ ਕਿ ਹੁਣ ਤੁਸੀਂ ਜ਼ਿੰਮੇਵਾਰ ਜੇ, ਤੁਹਾਡੇ ਪਿਤਾ ਜੀ ਜਿਹੜਾ ਕੰਮ ਕਰਦੇ ਸੀ ਉਹ ਤੁਸੀਂ ਕਰੋ, ਅਤੇ ਪਿਤਾ ਵਾਲੇ ਕੰਮ 'ਤੇ ਭਾਈ ਕਨ੍ਹਈਆ ਜੀ ਨੂੰ ਲਗਾ ਦਿੱਤਾ ਗਿਆ ਮੁਨਸ਼ੀ ਦੀ। ਕੁਝ ਸਮਾਂ ਵੇਖੇ ਲਾਹੌਰ ਦਿੱਲੀ ਵਾਲੇ ਪਾਸੇ ਵੀ ਇਹਨਾਂ ਨੇ ਟਿਕਾਣਾ ਕੀਤਾ, ਪਰ ਮਨ ਉਪਰਾਮ ਹੀ ਰਿਹਾ। ਜਿਸ ਵੇਲੇ ਇੱਕ ਗੁਰੂ ਦਾ ਪਿਆਰਾ ਸਿੱਖ ਦਿੱਲੀ ਵਿਖੇ ਸਨ ਅਤੇ ਉਹ ਨਾਮੇ ਪਾਤਸ਼ਾਹ ਜੀ ਦੇ ਬਰਾਕਮਈ ਸਲੋਕ ਪੜ੍ਹ ਰਿਹਾ ਸੀ ਜੀ, ਇਹ ਵਾਰਤਾ ਉਦੋਂ ਦੀ ਹੈ ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਨੇ 1675 ਵਿੱਚ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋ ਗਈ, ਉਸ ਤੋਂ ਬਾਅਦ ਦੀ ਆ। ਆਪਣੇ ਨਨੂਆ ਜੀ ਵੀ ਦਿੱਲੀ ਵਿਖੇ ਮਹਾਰਾਜ ਦੀ ਸੇਵਾ ਦੇ ਵਿੱਚ ਰਹਿੰਦੇ ਸੀ, ਜਿਹੜੇ ਸੇਵਾਦਾਰ ਸਿੰਘ ਸੀਗੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਮਹਾਰਾਜ ਦੇ ਸੰਭਾਲਣਾ ਕੀਤਾ, ਉਹਨਾਂ ਦੇ ਵਿੱਚ ਸ਼ਾਮਿਲ ਸਨ, ਅਤੇ ਜਿਨ੍ਹਾਂ ਨੂੰ ਵਿਰਾਗ ਅਤੇ ਮਹਾਰਾਜ ਜੀ ਦੀ ਸ਼ਹੀਦੀ ਦਾ ਦੋਵੇਂ ਮਿਲ ਕੇ ਦੇ ਨਾਲ ਸਲੋਕ ਨਾਮੇ ਪਾਤਸ਼ਾਹ ਦੇ ਹੈ ਹੀ ਐਸੇ ਆ, ਉਹ ਬੜੇ ਪਿਆਰ ਨਾਲ ਪੜ੍ਹਦਾ ਸੀ, ਅਤੇ ਉਸ ਦੇ ਸਲੋਕਾਂ ਦੀ ਆਵਾਜ਼ ਜਿੱਥੇ ਰਹਿ ਰਿਹਾ ਸੀ ਇਹਦੇ ਕੰਨਾਂ ਵਿੱਚ ਵੀ ਸੁਣ ਰਹੀ ਸੀ, ਉਹ ਬੜੀ ਪਿਆਰੀ ਆਵਾਜ਼ ਵਿੱਚ ਉੱਚੀ ਪੜ੍ਹ ਰਿਹਾ ਸੀ, ਅਤੇ ਉਹਨਾਂ ਸਲੋਕਾਂ ਨੇ ਨਾਮੇ ਪਾਤਸ਼ਾਹ ਦੇ ਸਲੋਕਾਂ ਨੇ ਵਿਰਾਗ ਲਾ ਦਿੱਤਾ ਜੀ, ਵੀ ਇਹ ਸੰਸਾਰ 'ਤੇ ਮਿਥਿਆ ਹੈ, ਜੋ ਉਪਜੋ ਸੋ ਬਿਨ ਸਹਿ ਪਰੋ ਆਦਿ ਕੇ ਕਾਲ, ਨਾਨਕ ਹਰ ਗੁਣ ਗਾਏ ਲੇ ਸਾਡ ਸਗਲ ਜੰਜਾਲ। ਸੱਚਮੁੱਚ ਹੀ ਉਹ ਜੋ ਜਿਹੜੀ ਬਾਣੀ ਹੈ ਉਸਨੂੰ ਹਿਰਦੇ ਨੇ ਸੱਚਾ ਹੈ ਤਾਂ ਸੱਚੀ ਬਾਣੀ ਕਹਿੰਦੇ, ਲੇਕਿਨ ਸੱਚ ਕਰਕੇ ਜਿੰਨਾ ਮੰਨ ਲਿਆ ਉਹਨਾਂ ਦੇ ਜੀਵਨ ਵਿੱਚ ਸੱਚ ਵਰਤਿਆ। ਜਦੋਂ ਇੰਨੇ ਪਿਆਰ ਨਾਲ ਅਤੇ ਮਨ ਵਿਰਾਗੀ ਹੋ ਗਿਆ ਕਿ ਐਸੇ ਸਤਿਗੁਰਾਂ ਦੇ ਦਿਦਾਰੇ, ਪਤਾ ਲੱਗਾ ਮਹਾਰਾਜ ਜੀ 'ਤੇ ਸ਼ਹੀਦੀ ਜਾਮ ਪੀ ਗਏ ਨੇ, ਦਸਵੇਂ ਪਾਤਸ਼ਾਹ ਦੇ ਦਿਦਾਰਿਆਂ ਵਾਸਤੇ ਅਨੰਦਪੁਰ ਸਾਹਿਬ ਵਿਖੇ ਆਏ। ਵਾਹਿਗੁਰੂ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜਦੋਂ ਦਿਦਾਰੇ ਹੁੰਦੇ ਨੇ ਅਤੇ ਮਹਾਰਾਜ ਜੀ ਦੇ ਦਰਸ਼ਨਾਂ ਵਿੱਚ, ਸਤਿਗੁਰਾਂ ਦੇ ਪਿਆਰ ਵਿੱਚ, ਬਸ ਉਹਨਾਂ ਦੇ ਹੀ ਹੋ ਕੇ ਰਹਿ ਗਏ। ਕਿਉਂਕਿ ਅਨੰਦਪੁਰ ਸਾਹਿਬ ਵਿੱਚ ਤੇ ਵਾਰਤਾ ਅਨੰਦਪੁਰ ਸਾਹਿਬ ਦੀਆਂ ਚੱਲ ਰਹੀਆਂ, ਆਨੰਦ ਹੀ ਵਰਤਿਆ ਪਿਆ ਸੀ, ਜਿੱਥੇ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ, ਜਿੱਥੇ ਬਾਬਾ ਦੀਪ ਸਿੰਘ ਜੀ, ਜਿੱਥੇ ਭਾਈ ਮਨੀ ਸਿੰਘ ਜੀ, ਕਿਸ ਕਿਸ ਦਾ ਜ਼ਿਕਰ ਕਰੀਏ, ਜਿੱਥੇ ਭਾਈ ਨੰਦ ਲਾਲ ਜੀ ਵੀ
ਇਹ ਉਸ ਵੇਲੇ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਜਿਨ੍ਹਾਂ ਦੇ ਨਾਂ 'ਤੇ ਅੱਜ ਇੱਕ ਨਹੀਂ ਸੈਂਕੜੇ ਹੀ ਹਜ਼ਾਰਾਂ ਹੀ ਦਰਬਾਰ ਬਣੇ ਨੇ, ਗੁਰੂ ਘਰ ਬਣੇ ਨੇ, ਇਵੇਂ ਕਹਿ ਲਈਏ ਖਾਲਸਾ ਦੀ ਯੂਨੀਵਰਸਿਟੀ ਹੈ ਅਨੰਦਪੁਰ ਸਾਹਿਬ, ਅਤੇ ਸਾਰੇ ਹੀ ਉੱਥੇ ਵਿਚ ਰਹੇ ਨੇ, ਰਹਿ ਰਹੇ ਨੇ ਜੀ। ਸੋ ਐਸੇ ਪਿਆਰ ਵਿੱਚ ਇਹਨਾਂ ਨੇ ਮਹਾਰਾਜ ਜੀ ਦੇ ਦਦਾਰੇ ਕੀਤੇ। ਪਰ ਜਿਵੇਂ ਨਾਵੇਂ ਪਾਸ਼ਾ ਦੇ ਸਲੋਕ ਬਰਾਗਮਈ ਅਤੇ ਬਰਾਗਮਈ ਅੰਦਰੋਂ ਇਹਨਾਂ ਦੇ ਜੀਵਨ ਵਿੱਚ ਇਹ ਵਿਚਾਰਧਾਰਾ ਬਣਦੀ ਰਹਿੰਦੀ ਸੀ। ਉੱਥੇ ਮਹਾਰਾਜ ਜੀ ਦੀ ਕਿਰਪਾ ਮਿਹਰ ਇਹਨਾਂ ਦੇ ਉੱਤੇ ਐਸੀ ਚੱਲਦੀ ਸੀ ਕਿ ਪਰਉਪਕਾਰ ਕਰਨ ਵਾਸਤੇ, ਭਲੇ ਕਾਰਜ ਕਰਨ ਵਾਸਤੇ ਹਰ ਵੇਲੇ ਹੀ ਤਤਪਰ ਰਹਿੰਦੇ ਜੀ। ਇਹਨਾਂ ਦੇ ਵਿੱਚੋਂ ਸੰਗਤਾਂ ਨੇ ਮਹਾਰਾਜ ਜੀ ਨੂੰ ਆ ਕੇ ਬੇਨਤੀ ਕੀਤੀ, ਜਿਹੜੇ ਨੇੜੇ ਦੇ ਨਗਰਾਂ ਦੀ ਸੰਗਤ ਸੀ ਅਨੰਦਪੁਰ ਸਾਹਿਬ ਦੇ, ਅੱਜ ਵੀ ਦੁਆਬੇ ਦੀ ਸੰਗਤ ਜਿਹੜੀ ਆ ਨੇੜੇ ਦੀ, ਉਹ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਜੀ ਜੀ ਬਿਲਕੁਲ। ਅਤੇ ਮਹਾਰਾਜ ਜੀ ਦੇ ਭਾਵੇਂ ਉਹ ਦੁਆਬੇ ਵਾਲੇ ਕਿਤੇ ਵੀ ਚਲੇ ਜਾਣ, ਦਿੱਲੀ ਆ, ਬਾਹਰ ਦੇ ਮੁਲਕ ਨੇ, ਉਹਨਾਂ ਦੇ ਅੰਦਰ ਉਹ ਆਦਤ ਬਣ ਚੁੱਕੀ ਹੈ, ਭਾਵਨਾ ਚੱਲਦੀ, ਆਦਤ ਭਾਵਨਾ ਚੰਗੀ ਬਣੀ ਚੰਗੀ ਬਣੀ ਹੈ, ਅਤੇ ਉਹ ਸੰਸਕਾਰ ਚੱਲਦਾ ਆ ਰਿਹਾ ਕਿ ਅਰਦਾਸ ਕਰਾਉਣੀ ਆ, ਪ੍ਰਸ਼ਾਦਾ ਛਕਾਉਣਾ ਵਾ। ਮਹਾਰਾਜ ਜੀ ਨੇ ਕਿਹਾ ਸੀ ਕਿ ਪੰਜਾਂ ਵਿੱਚ ਹੁਣ ਮਹਾਰਾਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੌਣ ਨਹੀਂ ਸੀ ਚਾਹੁੰਦਾ ਕਿ ਉਹਨਾਂ ਦੇ ਚਰਨ ਸਾਡੇ ਘਰ ਪੈਣ, ਹਰ ਕੋਈ ਲੋਚਦਾ ਸੀ। ਅਤੇ ਪਾਤਸ਼ਾਹ ਜੀ ਫਿਰ ਬਹੁਤੀ ਵਾਰੀ ਇਹੋ ਕਹਿ ਦਿੰਦੇ ਕਿ ਸਾਡੇ ਸਿੱਖਾਂ ਨੂੰ ਲੈ ਜਾਓ, ਮੇਰੇ ਵਿੱਚ ਅਤੇ ਇਹਨਾਂ ਵਿੱਚ ਕੋਈ ਫਰਕ ਨਹੀਂ, ਅਤੇ ਜਿਹੜੇ ਕਾਰਜ ਮਹਾਰਾਜ ਨੇ ਕਰਨੇ ਸੀ ਉਹ ਵੀ ਕਰਨੇ ਜ਼ਰੂਰੀ ਸੀ ਅਨੰਦਪੁਰ ਸਾਹਿਬ ਵਿੱਚ ਰਹਿ ਕੇ, ਕਿਉਂਕਿ ਗੁਰੂ ਘਰ ਵਿਖੇ ਅਤੇ ਸੰਗਤਾਂ ਆਉਂਦੀਆਂ ਰਹਿੰਦੀਆਂ ਸੀ। ਅਤੇ ਮਹਾਰਾਜ ਜੀ ਸਿੰਘਾਂ ਨੂੰ ਭੇਜ ਦਿੰਦੇ, ਭਾਈ ਕਨਈਆ ਜੀ ਨੂੰ ਅਤੇ ਕੁਝ ਹੋਰ ਸਿੱਖਾਂ ਨੂੰ ਮਹਾਰਾਜ ਨੇ ਕਿਸੇ ਦੇ ਘਰ ਭੇਜਿਆ ਪ੍ਰਸ਼ਾਦਾ ਛਕਣ ਵਾਸਤੇ। ਜਿਸ ਦੇ ਘਰ ਪ੍ਰਸ਼ਾਦਾ ਛਕਣ ਗਏ ਉਹ ਬੜਾ ਜ਼ਿਮੀਂਦਾਰ ਸੀ, ਜੈਲਦਾਰ ਸੀ ਵੱਡਾ, ਅਤੇ ਜਦੋਂ ਵੇਖਿਆ ਤਾਂ ਇੱਕ ਬੰਦੇ ਨੂੰ ਉਹਨਾਂ ਨੇ ਆਪਣੇ ਦਰਵਾਜ਼ੇ ਲਾਗੇ ਸੰਗਲ ਪਾ ਕੇ ਬੱਧਾ। ਭਾਈ ਘਨੱਈਆ ਜੀ ਦਾ ਮਨ ਬੜਾ ਵਿਰਾਗੀ ਅਤੇ ਦਿਆਲੂ ਕਿਰਪਾਲੂ ਕਰਨਾਮਈ ਸੀ, ਕਹਿਣ ਲੱਗੇ ਇਹਨੂੰ ਕਿਉਂ ਬੱਧਾ ਹੈ ਵਿਚਾਰੇ ਨੂੰ। ਉਹ ਕਹਿਣ ਲੱਗੇ ਜੀ ਇਹ ਵਿਚਾਰਾ ਨਹੀਂ, ਜੇ ਇਹ ਬੰਦਾ ਉਹ ਹੈ ਜਿਸ ਦੇ ਨਾਲ ਠੱਗ ਸਨ ਆਏ ਹੋਰ, ਅਤੇ ਉਹਨਾਂ ਦਾ ਇਹਦਾ ਗੁਰੂ ਜਿਹੜਾ ਸੀ ਇਹ ਤੋਂ ਵੱਡਾ ਠੱਗ ਸੀ, ਅਤੇ ਇਹਨਾਂ ਨੇ ਸਾਡੇ ਕੋਲੋਂ ਸੋਨਾ ਲਿਆ ਕਿ ਅਸੀਂ ਸੋਨਾ ਤੁਹਾਡਾ ਦੂਣਾ ਕਰ ਦਿੰਦੇ ਹਾਂ, ਅਤੇ ਇਸ ਲਾਲਚ ਵਿੱਚ ਕਈਆਂ ਨੇ ਸੋਨਾ ਦੇ ਦਿੱਤਾ। ਅੱਜ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਕਹਿੰਦੇ ਦੂਣਾ ਕਰ ਦੇਣੇ, ਚਾਰ ਗੁਣਾ ਕਰ ਦਿੰਦੇ ਹਾਂ ਜੀ, ਆਉਂਦੇ ਨੇ ਪਿੰਡਾਂ ਹੋ ਤੇ ਆਉਂਦੇ ਕਈ। ਉਹ ਕਹਿੰਦੇ ਜਿਨ੍ਹਾਂ ਜਿਨ੍ਹਾਂ ਕੋਲੋਂ ਸੋਨਾ ਲਿਆ ਦੂਣਾ ਕਰਨ ਵਾਸਤੇ ਉਹਨਾਂ ਦੇ ਦਿੱਤਾ ਵੀ ਦੂਣਾ ਕਰ ਦੇਣਾ ਵਾ, ਨੇੜੇ ਤੇ ਜਾਣਾ ਇਹਨਾਂ ਕਿੱਥੇ ਆ। ਕਹਿਣ ਲੱਗੇ ਕਿ ਇਹ ਉਹ ਆਪਣੇ ਸੇਵਕ ਨੂੰ ਇੱਥੇ ਸਾਡੇ ਕੋਲ ਛੱਡ ਕੇ ਕਿ ਮੈਂ ਹੁਣੇ ਆਉਂਦਾ ਵਾਂ, ਕੁਛ ਸਮਾਨ ਲੈਵਾਂ ਦੁਕਾਨ ਤੋਂ ਜਿਹਦੇ ਨਾਲ ਦੂਣਾ ਕਰਨਾ, ਅਤੇ ਆਪ ਉਹ ਰਫੂ ਚੱਕਰ ਹੋ ਗਿਆ, ਉਹ ਸਾਡਾ ਸੋਨਾ ਵੀ ਲੈ ਗਿਆ। ਅਤੇ ਹੁਣ ਇਹੋ ਹੀ ਬੰਦਾ ਕਾਬੂ ਆਇਆ, ਇਹਦੇ ਕੋਲ ਪੁੱਛਦੇ ਹਾਂ ਵੀ ਦੱਸ, ਇਹ ਦੱਸਦਾ ਕੱਖ ਨਹੀਂ, ਕਹਿੰਦਾ ਕਿ ਮੈਨੂੰ ਨਹੀਂ ਪਤਾ ਇਹ ਕਿੱਥੋਂ ਆਇਆ ਸੀ, ਅਤੇ ਇਸ ਕਰਕੇ ਇਹਨੂੰ ਬੱਧਾ ਹੋਇਆ ਵਾ ਕਿ ਇਹ ਦੱਸੇਗਾ ਫਿਰ ਉਹਨੂੰ ਛੱਡਣਾ ਵਾ। ਭਾਈ ਘਨੱਈਆ ਜੀ ਨੇ ਵੇਖਿਆ ਉਸ ਵੱਲ ਵੀ ਇਹ ਭਾਈ ਕਿਵੇਂ ਆ, ਉਹਨੂੰ ਪੁੱਛਿਆ ਗਿਆ, ਉਹਨੇ ਤਰਲੇ ਲੈ ਕੇ ਆਖਿਆ ਕਿ ਮੈਨੂੰ ਜਿਹਦੀ ਮਰਜ਼ੀ ਸੌਂ ਕਰਾ ਲਓ, ਮੈਂ ਤਾਂ ਇਸ ਕਰਕੇ ਉਸ ਬੰਦੇ ਦੀ ਸੰਗਤ ਕਰ ਰਿਹਾ ਸੀ ਕਿ ਇਹ ਮੈਨੂੰ ਭਵ ਸਾਗਰੋਂ ਪਾਰ ਲਾਵੇਗਾ, ਕੋਈ ਮਹਾਂਪੁਰਸ਼ ਹੈ, ਕਿਉਂਕਿ ਮਹਾਂਪੁਰਸ਼ਾਂ ਵਾਲਾ ਉਹਨੇ ਲਿਬਾਸ ਪਾਇਆ ਸੀ, ਅਤੇ ਮੈਂ ਤਾਂ ਭਜਨ ਬੰਦਗੀ ਕਰਕੇ ਆਪਣਾ ਘਰ ਛੱਡ ਕੇ ਇਹਦੇ ਨਾਲ ਇਹਦੀ ਸੇਵਾ 'ਚ ਰਿਹਾ, ਪਰ ਮੈਨੂੰ ਕੀ ਪਤਾ ਸੀ ਕਿ ਇਹਨੇ ਭਵ ਸਾਗਰੋਂ ਕੀ ਲਾਉਣਾ, ਮੈਨੂੰ ਇੱਥੇ ਦੁਨੀਆਂ ਵਿੱਚੋਂ ਵੀ ਇੱਥੇ ਡੋਬ ਦੇਣਾ, ਪਾਰ ਨਹੀਂ ਜਾਣ ਦੇਣਾ, ਡੋਬ ਦੇਣਾ ਵਾ, ਅਤੇ ਮੈਨੂੰ ਇਹ ਫਸਾ ਕੇ ਉਹ ਬੰਦਾ ਚਲੇ ਗਿਆ ਵਾ। ਭਾਈ ਘਨੱਈਆ ਜੀ ਨੇ ਵੇਖਿਆ ਕਿ ਬੰਦਾ ਸੱਚ ਬੋਲਦਾ, ਆਖਣ ਲੱਗੇ ਕਿ ਇਹਨੂੰ ਤੁਸੀਂ ਛੱਡ ਦਿਓ। ਉਹ ਕਹਿਣ ਲੱਗੇ ਭਾਈ ਜੀ ਕਿਵੇਂ ਛੱਡ ਦਈਏ ਇਹਨੂੰ, ਮਸਾਂ ਤੇ ਕਾਬੂ ਆਇਆ, ਕਹਿੰਦੇ ਸਾਡੀ ਜ਼ਮਾਨਤ ਲੈ ਲਓ, ਇਹਦੀ ਜਗ੍ਹਾ ਸਾਨੂੰ ਬੰਨ ਲਓ।
ਪਰ ਇਸ ਨੂੰ ਛੱਡ ਦਿਓ। ਹੁਣ ਕੌਣ ਭਾਈ ਕਨਈਆ ਜਿਹਨੂੰ ਬੰਨੇ ਜਿਹਨੂੰ ਲੰਗਰ ਛਕਣ ਵਾਸਤੇ ਕਲਗੀਧਰ ਪਾਤਸ਼ਾਹ ਨੇ ਭੇਜਿਆ ਸੀ, ਉਸ ਨੇ ਇੱਕ ਚੋਰ ਨੂੰ ਭਾਈ ਕਨਈਆ ਜੀ ਨੇ ਛਡਾ ਲਿਆ। ਦੁਨੀਆਂ ਦੇ ਨਫ਼ਰਤ ਕਰਦੀ, ਹੋ ਸਕਦਾ ਉਹਨੂੰ ਮਾਰ ਕੁੱਟ ਕੇ ਮਾਰ ਹੀ ਦਿੰਦੇ, ਪਰ ਭਾਈ ਕਨਈਆ ਜੀ ਨੇ ਪਿਆਰ ਜੋ ਕਲਗੀਧਰ ਪਾਤਸ਼ਾਹ ਕੋਲੋਂ ਪਿਆਰ ਲੈ ਕੇ ਅਤੇ ਪਿਆਰ ਵੰਡਣ ਆਏ ਸੀ, ਉਸ 'ਤੇ ਵੀ ਤਰਸ ਕਰਕੇ ਉਹਨੂੰ ਛਡਾਇਆ। ਜਿੱਥੇ ਉਹਨੂੰ ਛਡਾਇਆ ਉਹ ਬੰਦਾ ਸ਼ਾਇਦ ਮਾਰ ਕੁੱਟ ਖਾ ਕੇ ਬੰਦਾ ਨਾ ਬਣਦਾ ਜਿਹੜਾ ਕਿ ਭਾਈ ਕਨਈਆ ਜੀ ਦੇ ਪਿਆਰ ਵਿੱਚ ਉਹ ਬੰਦਾ ਬਣ ਗਿਆ। ਅਤੇ ਫਿਰ ਭਾਈ ਕਨਈਆ ਜੀ ਨੂੰ ਰੋ ਕੇ ਵਿਰਾਗ ਕਰਕੇ ਕਹਿਣ ਲੱਗਾ ਕਿ ਮੈਨੂੰ ਪਾਪੀ ਨੂੰ ਕਿਸੇ ਨੇ ਨਹੀਂ ਸੀ ਛੱਡਣਾ, ਜੇ ਮੇਰਿਆ ਮਾਲਕ ਤੂੰ ਮੈਨੂੰ ਨਾ ਬਚਾਉਂਦਾ, ਅੱਜ ਮੈਨੂੰ ਇਸ ਚੋਰੀ ਦੇ ਜ਼ੁਲਮ ਚੋਂ ਬਚਾਇਆ ਹੀ ਅਤੇ ਅੱਜ ਤੋਂ ਮੈਂ ਤੇਰਾ ਹੋ ਗਿਆ ਅਤੇ ਮੈਨੂੰ ਹੁਣ ਆਪਣੇ ਕੋਲ ਲੱਖ ਜਾਏ ਮਾਰ ਅਤੇ ਮੈਨੂੰ ਆਪਣੀ ਸੇਵਾ 'ਚ ਲੈ ਲਾ। ਸੱਚਮੁੱਚ ਹੀ ਭਾਈ ਕਨਈਆ ਜੀ ਇਕੱਲਾ ਜਲ ਛਕਾ ਕੇ ਹੀ ਨਹੀਂ ਸਨ ਦੁਸ਼ਮਣ ਦੀ ਦੁਸ਼ਮਣੀ ਮਾਰਦੇ, ਉਹਨਾਂ ਦੀਆਂ ਅਨੇਕਾਂ ਵਾਰਤਾਂ ਨੇ। ਇਹ ਭਾਈ ਸੇਵਾ ਰਾਮ ਹੋਇਆ ਬਾਅਦ ਵਿੱਚ, ਜਿਸ ਨੂੰ ਸੇਵਾ ਪੰਥੀ ਦੀ ਸੇਵਾ ਮਿਲੀ ਭਾਈ ਕਨਈਆ ਜੀ ਤੋਂ। ਇਹ ਉਹ ਮਹਾਨ ਸ਼ਖਸੀਅਤ ਸੀ ਜਿਸ ਨੂੰ ਬਚਾਇਆ ਸੀ। ਜਿੱਥੇ ਇਸ ਦੀ ਇਹ ਵਾਰਤਾ ਦੀ ਚਰਚਾ ਵੀ ਹੋਈ ਤੇ ਹੈਰਾਨੀ ਵੀ ਹੋਈ ਕਿ ਇਹ ਬੰਦਾ ਏਡਾ ਵਧੀਆ ਬਣ ਗਿਆ ਭਜਨ ਬੰਦਗੀ ਵਾਲਾ। ਉੱਥੇ ਇੱਕ ਹੋਰ ਵਾਰਤਾ ਆਉਂਦੀ ਆ ਜਿੱਥੇ ਮਹਾਰਾਜ ਜੀ ਦੇ ਪਿਆਰ ਵਿੱਚ ਸੇਵਾ ਕਰਦਾ, ਇੱਥੋਂ ਤੱਕ ਕਿ ਭਾਈ ਕਨਈਆ ਜੀ ਨੂੰ ਗੁਰੂ ਮਹਾਰਾਜ ਜੀ ਆਪਣੇ ਹੱਥੀਂ ਲੰਗਰ ਛਕਾਉਂਦੇ ਰਹੇ। ਬਿਲਕੁਲ, ਮਹਾਰਾਜ ਜੀਆਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਮਹਾਰਾਜ ਜੀ ਸੰਤਾਂ ਨੂੰ ਰੋਜ਼ਾਨਾ ਪ੍ਰਸ਼ਾਦਾ ਛਕਾਉਂਦੇ ਸੀ। ਬ੍ਰਹਮ ਗਿਆਨੀ ਕਰਕੇ ਸ਼ਬਦ ਲਿਖਿਆ, ਬ੍ਰਹਮ ਗਿਆਨੀਆਂ ਨੂੰ 500 ਨੂੰ ਪ੍ਰਸ਼ਾਦਾ ਛਕਾਉਂਦੇ ਰਹੇ, ਜਿਹੜਾ ਕਿਲਾ ਤਾਰਾਗੜ੍ਹ, ਕਿਲਾ ਤਾਰਾਗੜ੍ਹ ਜਿਹੜਾ ਪਹਾੜੀ ਦੇ ਉੱਪਰ ਜਾ ਕੇ ਤੇ ਉਹਦੇ ਨੇੜੇ ਬਿਲਕੁਲ ਇਹਨਾਂ ਦਾ ਸਥਾਨ ਹੈ, ਬੌਲੀ ਸਾਹਿਬ ਬਣੀ, ਬੌਲੀ ਸਾਹਿਬ ਜਿਹੜੀ ਹੈ ਚੱਲ ਭਰਦੇ ਰਹੇ, ਅੱਜ ਉੱਥੇ ਮਸ਼ਕੋ ਮੌਜੂਦ ਆ। ਭਾਈ ਕਨਈਆ ਜੀ ਨੇ ਉਸ ਸਾਈਡ ਵੱਲ ਜਲ ਦੀ ਸੇਵਾ ਜਿਹੜੀ ਉਹਨਾਂ ਨੇ ਕੀਤੀ ਹੈ। ਬਿਲਕੁਲ, ਸੋ ਬੰਦਗੀ ਵਾਲਿਆਂ ਦਾ ਸਤਿਕਾਰ ਜਿਹੜਾ ਉਹ ਹਮੇਸ਼ਾ ਹੀ ਰਿਹਾ ਗੁਰੂ ਘਰ ਦੇ ਵਿੱਚ, ਇਹ ਕੋਈ ਨਵਾਂ ਨਹੀਂ ਹੈ। ਜੇ ਕੋਈ ਸੰਗਤ ਕੋਈ ਬੰਦਗੀ ਵਾਲੇ ਦਾ ਸਤਿਕਾਰ ਕਰਦੀ ਹੈ, ਗੁਰੂ ਸਾਹਿਬ ਆਪ ਕਰਦੇ ਰਹੇ ਨੇ। ਬਿਲਕੁਲ ਜੀ, ਨਹੀਂ ਤਾਂ ਲੰਗਰ ਤਾਂ ਚੱਲਦੇ ਹੀ ਸੀ ਅਨੰਦਪੁਰ ਸਾਹਿਬ 'ਚ, ਕਿਤੇ ਵੀ ਛੱਕ ਸਕਦੇ ਸੀ, ਪਰ ਮਹਾਰਾਜ ਜੀਆਂ ਦੀ ਮਿਹਰ, ਉਹ ਆਪਣੀ ਦਰਵੇਸ਼ ਵਾਲੀ ਜਿਹੜੀ ਸੀ ਉਹਨਾਂ ਦੀ ਮਿਹਰ ਸੀਗੀ, ਉਹ ਫਿਰ ਉਹਨਾਂ ਦੀ ਸਾਂਝ ਚੱਲਦੀ ਸੀ ਸੰਤਾਂ ਮਹਾਂਪੁਰਖਾਂ ਦੇ ਨਾਲ। ਉਹ ਮਹਾਂਪੁਰਸ਼ਾਂ ਵਾਸਤੇ ਹੀ ਆਏ ਸੀ ਜੀ। ਦਸਵੇਂ ਪਾਤਸ਼ਾਹ ਦਾ ਬਚਨ ਹੈ ਕਿ ਸੰਤੋ ਬਾਰਨ ਦੁਸ਼ਟ ਸੰਘਾਰਨ। ਅਤੇ ਆਪਾਂ ਕਈ ਵਾਰੀ ਮਹਾਰਾਜ ਜੀ ਦੀ ਵਡਿਆਈ ਸੰਤਾਂ ਦੀ ਨਿੰਦਿਆ ਕਰਕੇ ਅਤੇ ਫਿਰ ਉਹਦੀ ਵਡਿਆਈ ਕਰਨੀ ਚਾਹੁੰਦਾ, ਪਰ ਉਹ ਮਹਾਰਾਜ ਮਹਾਂਪੁਰਖਾਂ ਦੇ ਨਾਲ ਜਿਹੜੇ ਹੈ ਪੂਰਨ ਮਹਾਂਪੁਰਖਾਂ ਨਾਲ ਐਸਾ ਪਿਆਰ ਕਰਦੇ ਸੀ ਅਤੇ ਐਸੇ ਪਿਆਰ ਦੇ ਵਿੱਚ ਭਾਈ ਕਨਈਆ ਜੀ ਚਿੱਟੇ ਬਸਤਰ ਪਹਿਨਦੇ ਸਨ ਅਤੇ ਚਿੱਟੇ ਬਸਤਰ ਹੀ ਉਹਨਾਂ ਦੇ ਜਿਹੜੇ ਅੱਗੋਂ ਹਮ ਖਿਆਲੀ ਭਾਈ ਕਨਈਆ ਜੀ ਦੀ ਵਿਚਾਰ ਨਾਲ ਜਿਹੜੇ ਸਹਿਮਤ ਹੁੰਦੇ ਅਤੇ ਉਹ ਵੀ ਚਿੱਟੇ ਬਸਤਰ ਪਹਿਨ ਕੇ ਭਾਈ ਕਨਈਆ ਜੀ ਦਾ ਸਾਥ ਦਿੰਦੇ। ਸੇਵਾ ਪੰਥੀ ਸੰਪਰਦਾ ਦੇ ਇੱਕ, ਜਿਹਨੂੰ ਰੈੱਡ ਕਰਾਸ ਦੇ ਪਾਨੀ ਕਹਿ ਲਈਏ, ਬਿਲਕੁਲ ਉਹ ਭਾਈ ਕਨਈਆ ਜੀ ਹਨ। ਅਤੇ ਜਿੱਥੇ ਮਹਾਰਾਜ ਜੀ ਦੇ ਪਿਆਰ ਦੀਆਂ ਵਾਰਤਾਂ ਆਉਂਦੀਆਂ ਕਿ ਆਖਿਆ ਕਿ ਜਲ ਕਿਹਨਾਂ ਨੂੰ ਛਕਾ ਰਹੇ ਹੋ ਅਤੇ ਆਖਿਆ ਜਲ ਮੈਂ ਤੁਹਾਨੂੰ ਛਕਾ ਰਿਹਾ ਅਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਗਾਲਾਂ ਲਾ ਕੇ ਆਖਿਆ ਸੀ ਕਨਈਆ ਜਿੱਥੇ ਸਾਨੂੰ ਤੂੰ ਜਲ ਛਕਾਉਂਦਾ ਨਾ ਉੱਥੇ ਸਾਡੇ ਜ਼ਖਮਾਂ 'ਤੇ ਮਲਮ ਵੀ ਲਾਇਆ ਕਰ, ਕਿਉਂਕਿ ਜੇ ਅਸੀਂ ਤੇ ਆਏ ਹਾਂ ਦੁਸ਼ਮਣ ਵਿੱਚ ਸਾਨੂੰ ਦੇਖਦਾ ਵਾ ਅਤੇ ਫਿਰ ਇਹਦੇ ਵਿੱਚ ਮਲਮ ਪੱਟੀ ਵੀ, ਮਲਮ ਦੀ ਡੱਬੀ ਅਤੇ ਪੱਟੀਆਂ ਇਹ ਕਲਗੀਧਰ ਪਾਤਸ਼ਾਹ ਨੇ ਭਾਈ ਕਨਈਆ ਜੀ ਨੂੰ ਉਹਨਾਂ ਨੂੰ ਬਖਸ਼ਿਸ਼ ਕਰਤੀ, ਜ਼ਿੰਮੇਵਾਰੀ ਹੋਰ ਦੇ ਕੇ ਅਤੇ ਵੱਡਾ ਅਹੁਦਾ ਬ੍ਰਹਮ ਅਵਸਥਾ ਦਾ ਬਖਸ਼ ਕੇ ਬਖਸ਼ ਦਿੱਤਾ ਅਤੇ ਬਖਸ਼ੀਆਂ ਸੀ ਕਿ ਹੁਣ ਤੂੰ ਆਹ ਵੀ ਸੇਵਾ ਕਰ। ਬਿਲਕੁਲ, ਹੁਣ ਤੂੰ ਆਹ ਵੀ ਸੇਵਾ ਕਰਿਆ ਕਰ। ਸੋ ਬੜੀ ਸੰਗਤ ਜੀ, ਇਹ ਮਹਾਨ ਅਵਸਥਾ ਦੇ ਵਿੱਚ ਵਿਚਰਨ ਵਾਲੇ ਮਹਾਂਪੁਰਖ ਭਾਈ ਕਨਈਆ ਜੀ, ਏਕ ਦ੍ਰਿਸ਼ਟ ਕਰ ਸਮਖ ਕਰ ਜਾਣੇ ਜੋਗੀ ਕਹੀਆ ਸੋਈ, ਉਹਨਾਂ ਅਵਸਥਾਵਾਂ ਨੂੰ ਪ੍ਰਾਪਤ ਹੋਏ, ਉਹਨਾਂ ਨੂੰ ਘੱਟ ਘੱਟ ਦੇ ਵਿੱਚ ਹੀ ਦਿਸਣ ਲੱਗ ਪਿਆ,
ਕੱਟ ਕੱਟ ਮੇ ਹਰਜੂ ਬਸੇ, ਸੰਤਨ ਕਿਹੋ ਪੁਕਾਰ। ਅਤੇ ਇਹ ਜੋ ਅਵਸਥਾ ਹੈ, ਇਹ ਜੋ ਪਿਆਰ ਹੈ, ਇਹ ਜਾਂ ਕਹੀਏ ਗੁਰਬਾਣੀ ਦਾ ਜੋ ਪ੍ਰੈਕਟੀਕਲ ਹੈ, ਇਹ ਸਾਨੂੰ ਭਾਈ ਘਨੱਈਆ ਜੀ ਨੇ ਕਰਕੇ ਦੱਸਿਆ। ਅਤੇ ਉਹਨਾਂ ਦੀਆਂ ਉਹ ਚੋਜ ਕਹਿ ਲਈਏ, ਉਹ ਕਿਉਂਕਿ ਬ੍ਰਹਮ ਗਿਆਨੀ ਜਿੱਥੇ ਵੀ ਵਿਚਰਦੇ ਉਹਨਾਂ ਦੇ ਰਸਨਾਂ ਦੇ ਉੱਤੇ ਮਾਲਕ ਆਪ ਵਿਚਰਦਾ ਬੋਲਦਾ, ਉਹਨਾਂ ਨੂੰ ਜੋ ਮਰਮ ਦੀ ਡੱਬੀ ਬਖਸ਼ਿਸ਼ ਕਰ ਦਿੱਤੀ, ਇਹ ਵਡਿਆਈ ਬਖਸ਼ਿਸ਼ ਕਰ ਦਿੱਤੀ ਕਿ ਹਾਂ ਮੈਂ ਕਿਸੇ ਨੂੰ ਜ਼ਖਮ ਦੇਣ ਨਹੀਂ ਆਇਆ। ਬਿਲਕੁਲ, ਮੈਂ ਕਿਸੇ ਨੂੰ ਜ਼ਖਮ ਦੇਣ ਨਹੀਂ ਆਇਆ, ਪਰ ਜੇ ਮਜਬੂਰੀ ਬਸ ਕੋਈ ਤੀਰ ਚਲਾਉਣਾ ਵੀ ਪੈਂਦਾ ਅਤੇ ਉਹਦੇ ਉੱਤੇ ਪੱਟੀ ਵੀ ਕਰਦੇ, ਕਿਉਂਕਿ ਜਿਹਦੇ ਵੀ ਵੱਜਦਾ ਵੱਜਦਾ ਤਾਂ ਮੇਰੇ ਹੀ ਹੈ ਨਾ, ਉਹਦੇ ਵਿੱਚ ਵੀ ਤਾਂ ਮੇਰੀ ਅੰਸ਼ ਮੌਜੂਦ ਹੈ। ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਉਹਨਾਂ ਦੇ ਉਸ ਸਰੂਪ ਨੂੰ, ਉਹਨਾਂ ਦੇ ਉਸ ਗਿਆਨ ਨੂੰ, ਉਹਨਾਂ ਦੇ ਉਸ ਚੀਜ਼ ਨੂੰ ਜਿਨ੍ਹਾਂ ਨੇ ਅਨੁਭਵ ਕਰ ਲਿਆ, ਜਿਨ੍ਹਾਂ ਨੇ ਮਾਣਿਆ, ਉਹਨਾਂ ਦੇ ਵਿੱਚੋਂ ਇੱਕ ਮਹਾਨ ਹਸਤੀ ਭਾਈ ਘਨੱਈਆ ਜੀ। ਅਸੀਂ ਕੋਈ ਜ਼ਿਆਦਾ ਖੁੱਲ੍ਹ ਕੇ ਵਿਚਾਰ ਨਹੀਂ ਕਰ ਸਕੇ ਉਹਨਾਂ ਦੇ ਪ੍ਰਥਾਏ, ਪਰ ਫਿਰ ਵੀ ਸਾਨੂੰ ਮਹਾਰਾਜ ਦੀਆਂ ਉਹ ਬਖਸ਼ਿਸ਼ਾਂ ਜੋ ਮਹਾਰਾਜ ਜੀ ਬਣਾਉਣਾ ਚਾਹੁੰਦੇ, ਕਿਉਂਕਿ ਜੱਫੀ ਉਹਨੂੰ ਪਾਈ ਜਾਂਦੀ ਜੇ ਤਾਂ ਖੁਸ਼ੀ ਹੋਏ। ਕਈ ਸ਼ਿਕਾਇਤ ਕਰਨ ਵਾਲੇ ਵੀ ਸਾਡੇ ਵਰਗੇ ਹੋਣਗੇ, ਉਹ ਵੀ ਗੁਰੂ ਕੇ ਪਿਆਰ ਵਾਲੇ ਹੀ ਸਨ, ਜਿਨ੍ਹਾਂ ਦੇ ਜਿਹੜੇ ਗੁਰੂ ਸਾਹਿਬ ਦੇ ਵਾਸਤੇ ਜੰਗ ਯੁੱਧ ਕਰ ਰਹੇ ਸਨ, ਪਰ ਭਾਈ ਘਨੱਈਆ ਜੀ ਦੀ ਸੋਚ ਉੱਚੀ, ਅਵਸਥਾ ਨੂੰ ਸਮਝ ਨਾ ਸਕੇ, ਤੇ ਉਹਨਾਂ ਦੀ ਸਮਝ ਵਿੱਚ ਇਹ ਆ ਰਿਹਾ ਸੀ ਕਿ ਸ਼ਾਇਦ ਆਹ ਕੰਮ ਜਿਹੜਾ ਹੈ ਮਹਾਰਾਜ ਨੇ ਇਹੋ ਹੀ ਦਿੱਤਾ ਹੈ। ਸੋ ਉੱਚੀ ਅਵਸਥਾ ਦਾ ਸਤਿਕਾਰ ਗੁਰੂ ਸਾਹਿਬ ਜੀ ਨੇ ਕੀਤਾ। ਹੋਰ ਬੇਅੰਤ ਚੋਜ ਜਿਹੜੇ ਅਨੰਦਪੁਰ ਸਾਹਿਬ ਦੇ ਆਉਂਦੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੀ ਸਾਂਝ ਕਰਾਂਗੇ। ਸੋ ਇੱਥੇ ਹੀ ਫਤਿਹ ਅਰਜ਼ ਕਰਦੇ ਹੋਏ ਇਜਾਜ਼ਤ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।